ਤੇ ਬਾਈ ਕਰਤੀ ਸਾਰੇ ਮੈਂ ਵੇਟ ਆਪਾਂ ਫਿਟ ਕਰਦੇ ਜੀ, ਐਕੂਰੇਟ ਫਿਟਿੰਗ ਆਉਂਦੀ ਭਾਜੀ, ਕੋਈ ਫਿਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ। ਠੀਕ ਹੈ ਜੀ, ਬਿਲਕੁਲ ਆਪ ਹੀ ਬੰਦਾ ਫਿਟ ਕਰ ਸਕਦਾ ਯਾਰ। ਹਾਂ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਅਯੁਕਤ ਸਾਰੇ ਘੈਂਟ ਹੋ, ਵੈਲਕਮ ਬੈਕ ਟੂ ਅਨਦਰ ਵੀਡੀਓ। ਅਤੇ ਬਾਕੀਆਂ ਦਾ ਥੰਬਨੇਲ ਦੇਖ ਕੇ ਪਤਾ ਲੱਗ ਗਿਆ ਹੋਣਾ ਕਿ ਅੱਜ ਦੇ ਵਲੌਗ 'ਚ ਹੋਣਾ ਕੀ ਆ। ਅਤੇ ਬਾਈ ਅੱਜ ਆਪਾਂ ਵੇਟ ਬਾਈ ਹੋਣੀ ਆਏ ਨੇ ਆਪਣੇ ਤੋਂ ਲੈਣ, ਵੇਟ ਡਿਲੀਵਰ ਕਰ ਲੈਣੇ ਅੱਜ ਆਪਾਂ। ਅਤੇ ਬਾਈ ਹੋਣੀ ਆਏ ਨੇ, ਅਤੇ ਵੀਰ ਆਪਣੇ ਕੋਲ ਪਹਿਲਾਂ ਵੀ ਆਏ ਸੀਗੇ, ਪਹਿਲਾਂ ਵੀ ਆਪਾਂ ਡਿਲੀਵਰ ਕਰੇ ਸੀਗੇ ਵੇਟ ਬਾਈ ਹੋਣੀ ਲੈ ਕੇ ਗਏ ਸੀ ਆਪਣੇ ਕੋਲੋਂ, ਅਤੇ ਹੁਣ ਵੀ ਆਏ ਨੇ। ਅਤੇ ਪਹਿਲਾਂ ਵੀ ਮਹਿੰਦਰਾ ਯੋਗ ਦੇ ਲੈ ਗਏ ਸੀ, ਹੁਣ ਵੀ ਬਾਈ ਉਹਨਾਂ ਕੋਲ ਮਹਿੰਦਰਾ ਯੋਗ ਦੇ ਨੇ, ਬਟ ਹੁਣ ਆਪਾਂ ਦੋ ਵੇਟ ਦਿੰਦੇ ਬਾਈ ਉਹਨਾਂ ਨੂੰ। ਅਤੇ ਆਹ ਦੋਵਾਂ ਦੇ ਟੈਗ ਪਏ ਨੇ ਬਾਈ, ਆਹ ਕਰੋ ਚੈੱਕ ਤੁਸੀਂ, ਅਤੇ ਵੇਟ ਪਲੇਟਸ ਵੀ ਨੇ, ਤੁਹਾਨੂੰ ਸਾਰਾ ਦਿਖਾਵਾਂ ਕਿੰਨਾ ਬਾਈ ਉਹਨਾਂ ਨੇ ਵਜਨ ਲਿੱਤਾ ਅਤੇ ਕਿੱਦਾਂ ਕਿੱਦਾਂ ਬਾਈ ਉਹਨਾਂ ਨੇ ਇਹ ਰਿਸੀਵ ਕਰੇ। ਅਤੇ ਬਾਕੀ ਬਾਈ ਉਹਨਾਂ ਨੂੰ ਵੀ ਮਿਲਾਵਾਂਗੇ, ਤੁਹਾਨੂੰ ਉਹਨਾਂ ਨੂੰ ਪੁੱਛਾਂਗੇ ਆਪਾਂ ਨੂੰ ਬਾਈ ਉਹਨਾਂ ਨੂੰ ਕੰਮ ਆਪਣਾ ਕਿੱਦਾਂ ਦਾ ਲੱਗਿਆ, ਅਤੇ ਵੇਟਾਂ ਦੇ ਲੁੱਕਸ ਤੁਹਾਨੂੰ ਆਪਾਂ ਬਾਅਦ 'ਚੋਂ ਸ਼ੋਰਟਸ ਐਡ ਕਰ ਦੂੰਗਾ ਬਾਈ ਮੈਂ ਉਹ ਸਾਰੇ, ਤੁਸੀਂ ਜਾ ਕੇ ਚੈੱਕਆਊਟ ਕਰ ਲਿਓ। ਅਤੇ ਬਾਕੀ ਲੁੱਕ ਦੇਖੋ ਬਾਈ, ਪਹਿਲਾਂ ਟੈਗ ਇੱਧਰ ਪਿਆ ਇੱਕ, ਅਤੇ ਇੱਕ ਟੈਗ ਪਿਆ ਇੱਧਰ। ਅਤੇ ਹੁਣ ਇਹਨਾਂ ਦਾ ਕਰਦੇ ਹਾਂ ਵਜ਼ਨ, ਅਤੇ ਵਜ਼ਨ ਵੀ ਤੁਹਾਨੂੰ ਦੱਸਾਂ ਕਿੰਨਾ ਹੋਇਆ। ਅਤੇ ਜਿਹੜੇ ਵੀਰ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਬਾਈ, 10,000 ਸਬਸਕ੍ਰਾਈਬਰ ਤਾਂ ਬਹੁਤ ਜ਼ਿਆਦਾ ਨੇੜੇ ਆ, ਤਾਂ ਸਬਸਕ੍ਰਾਈਬ ਕਰ ਦਿਓ। ਅਤੇ ਬਾਕੀ ਇਹਨਾਂ ਦਾ ਕਰਦੇ ਹਾਂ ਵੇਟ, ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਬਾਈ ਆਹ ਕਰੋ ਚੈੱਕ, ਫਿਟਿੰਗ ਕਰਤੀ ਸਾਰੇ, ਵੇਟ ਕਰਤਾ ਸੀਗਾ, ਅਤੇ ਉਹਦੀ ਕਲਿੱਪ ਵੀ ਮੈਂ ਐਡ ਕਰ ਦੂੰਗਾ ਵੇਟ ਕਰਦੇ ਦੀ। ਅਤੇ ਆਪਾਂ ਫਿਟਿੰਗ ਫੁੱਲ ਕਰਤੀ, ਮੈਂ ਫਿੱਟ ਕਰਤੇ, ਵੇਟ ਰੱਖਤੇ, ਆਹ ਕਰੋ ਚੈੱਕ, ਦੋ ਟੈਗ ਨੇ ਬਾਈ, ਦੋ ਵੇਟ ਲੈ ਕੇ ਚੱਲੇ ਨੇ ਬਾਈ ਹੋਣੀ ਆਪਾਂ, ਦੋਵਾਂ ਪਈਆਂ ਨੇ ਪਲੇਟਾਂ, ਪਲੇਟਾਂ ਦੀ ਲੁੱਕ ਕੁਛ ਇੱਦਾਂ ਦੀ, ਆਹ ਕਰੋ ਚੈੱਕ। ਇਹ ਜਸਟ ਆਪਾਂ ਉਂਗ ਲਾਤੀਆਂ ਵੀ, ਜਿਵੇਂ ਕਿ ਵਜ਼ਨ ਦਾ ਜਿੰਨਾ ਤੁਹਾਨੂੰ ਵਜ਼ਨ ਹੈ ਉਹ ਹੀ ਦੱਸਦਾ ਤੁਹਾਨੂੰ ਇਹਦਾ ਮੈਂ ਕਿੰਨਾ ਵਜ਼ਨ ਹੋਇਆ। ਅਤੇ ਬਾਕੀ ਲੁੱਕ ਚੈੱਕ ਕਰੋ ਪੇਟਾਂ ਦੀ ਬਾਈ, ਕੁਛ ਇੱਦਾਂ ਹੀ ਲੁੱਕ ਆ ਇਹਦੇ ਬਾਈ। ਜਿਹੜੇ ਬਾਈ ਉਹਨੇ ਲਿੱਤਾ ਡਿਜ਼ਾਇਨ ਲਿੱਤਾ ਸੈਂਟਰ ਹੁੱਕ ਵਾਲਾ, ਅਤੇ ਆਹ ਕਰੋ ਚੈੱਕ, ਅਤੇ ਉੱਧਰੋਂ ਵੀ ਸੇਮ, ਅਤੇ ਸਾਈਡ ਵਾਲੀਆਂ ਪਲੇਟਾਂ ਆ ਪਈਆਂ ਨੇ ਬਾਈ, ਕਰੋ ਚੈੱਕ ਤੁਸੀਂ। ਜਿਹੜਾ ਇਹਦਾ ਪੂਰਾ ਵਜ਼ਨ ਆ ਬਾਈ ਦੋਹੇ ਵੇਟਾਂ ਦਾ ਹੋਇਆ 6 ਕੁਆਂਟਲ, ਜਿਵੇਂ ਕਿ 3-3 ਕੁਆਂਟਲ ਲਾ ਲਓ ਇੱਕ ਵੇਟ ਦਾ, ਬਾਈ ਉਹਨਾਂ ਨੇ ਵਜ਼ਨ ਲਿੱਤਾ ਆਪਾਂ ਤੋਂ। ਅਤੇ ਬਾਕੀ ਲੁੱਕ ਤੁਸੀਂ ਇਹਦੀ ਚੈੱਕ ਕਰੋ, ਜਿਵੇਂ ਕਿ ਜਦ ਇਹ ਫਿੱਟ ਹੋ ਜਾਣਗੇ ਜਾਂ ਕਿ ਟਰੈਕਟਰ, ਜਾਂ ਤੁਸੀਂ ਲੁੱਕ ਚੈੱਕ ਕਰੋ, ਬਹੁਤ ਜ਼ਿਆਦਾ ਸੋਹਣੀ ਲੁੱਕ ਆਊਗੀ। ਬਾਕੀ ਥੋੜ੍ਹਾ ਬਹੁਤਾ ਗਰਦਾ ਪਿਆ ਬਾਈ ਉਹਦੇ ਕਰਕੇ, ਥੋੜ੍ਹਾ ਬਹੁਤਾ ਪੇਂਟ ਦੇ ਵਿੱਚ ਦਿੱਕਤ ਹੋ ਸਕਦੀ ਆ, ਬਾਕੀ ਪੇਂਟ ਫੁੱਲ ਡਨ ਆ, ਉਹ ਥੋੜ੍ਹੀ ਕੁ ਟੱਚਿੰਗ ਜ਼ਿਆਦਾ ਆਪਾਂ ਕੱਸ ਦਾਂਗੇ ਸਾਰਾ, ਇਹ ਫਿਟਿੰਗ ਹੋ ਜੂਗੀ, ਉਹ ਤੋਂ ਬਾਅਦ ਲੁੱਕ ਪੂਰੀ ਪ੍ਰੋਪਰ ਨਿਕਲੂਗੀ ਇਹਦੀ, ਜਿਵੇਂ ਕਿ ਆਹ ਕਰੋ ਚੈੱਕ ਤੁਸੀਂ, ਗਰਦਾ ਹੀ ਆ ਬਾਈ ਇਹ, ਹੋਰ ਕੁਛ ਨਹੀਂ। ਜਿਹੜੇ ਨੇ ਸਾਫ਼ ਹੋਣਾ ਪੂਰਾ ਬ੍ਰਾਂਡ ਨੇ, ਉਹ ਜਿਵੇਂ ਟਰੈਕਟਰ 'ਤੇ ਆ ਕੇ ਫਿਟਿੰਗ ਹੋਈ ਨਹੀਂ, ਜਾਂ ਤੁਸੀਂ ਲੁੱਕ ਚੈੱਕ ਕਰਿਓ, ਬਹੁਤ ਜ਼ਿਆਦਾ ਸੋਹਣੀ ਲੁੱਕ ਪ੍ਰੋਵਾਈਡ ਕਰਾਊਗਾ। ਅਤੇ ਬਾਕੀ ਬਾਈ ਉਹਨਾਂ ਤੋਂ ਪੁੱਛਦੇ ਹਾਂ ਉਹਨੂੰ ਆਪਣਾ ਕੰਮ ਕਿੱਦਾਂ ਲੱਗਿਆ, ਅਤੇ ਬਾਕੀ ਤੁਹਾਨੂੰ ਬਾਈ ਉਹਨਾਂ ਨਾਲ ਮਿਲਾਵਾਂਗੇ। ਅਤੇ ਲੁੱਕ ਚੈੱਕ ਕਰੋ ਬਈ ਵੇਟਾਂ ਦੀ, ਫਿਟਿੰਗ ਪੂਰੀ ਕਰਤੀ, ਅਤੇ ਕਰੋ ਚੈੱਕ। ਅਤੇ ਬਾਕੀ ਬਾਈ ਕਮੈਂਟਾਂ ਦੇ ਜ਼ਰੂਰ ਦੱਸਿਓ ਤੁਹਾਨੂੰ ਵੇਟ ਦੀਆਂ ਲੁੱਕ ਕਿੱਦਾਂ ਲੱਗ ਰਹੀ ਆ, ਇਹ ਸਿੰਪਲ ਦੀ ਇੰਸਟਾਲਮੈਂਟ ਦੀ ਕਲਿੱਪ ਜੋੜਨੀ ਆ, ਤੁਸੀਂ ਚੈੱਕ ਕਰ ਲਿਓ ਬਾਈ ਇੱਕ ਵਾਰ, ਬਹੁਤ ਜ਼ਿਆਦਾ ਸੋਹਣੀ ਲੁੱਕ ਨਿਕਲ ਕੇ ਆਉਣੀ ਆ ਇਹ ਚੀਜ਼ ਦੀ। ਅਤੇ ਬਾਈ ਉਹਨਾਂ ਨੂੰ ਏਰੀਆ ਪੁੱਛਾਂਗੇ, ਅਤੇ ਪਿੰਡ ਪੁੱਛਾਂਗੇ ਕਿੱਥੋਂ ਆਏ ਨੇ ਬਾਈ ਹੋਣੀ ਆਪਾਂ, ਅਤੇ ਕਾਫ਼ੀ ਜ਼ਿਆਦਾ ਦੂਰੋਂ ਆਏ ਨੇ ਬਾਈ ਹੋਣੀ ਪਿੱਕ ਕਰਨ ਆਪਣੇ ਕੋਲ ਵੇਟ। ਅਤੇ ਬਾਕੀ ਕਰੋ ਚੈੱਕ। ਅਤੇ ਬਾਈ ਕਰਤੀ ਸਾਰੇ ਮੈਂ ਵੇਟ ਆਪਾਂ ਫਿੱਟ ਕਰਤੇ ਸੀਗੇ, ਰੱਖਤੇ ਸੀ, ਅਤੇ ਬਾਈ ਉਹਨਾਂ ਨੂੰ ਆਪਾਂ ਪੁੱਛਦੇ ਹਾਂ ਉਹਨਾਂ ਨੂੰ ਆਪਣਾ ਕੰਮ ਕਿੱਦਾਂ ਲੱਗਿਆ। ਤਾਂ ਸਤਿ ਸ਼੍ਰੀ ਅਕਾਲ ਵੀਰ ਜੀ, ਸਭ ਤੋਂ ਪਹਿਲਾਂ ਜੀ ਆਪਣਾ ਨਾਮ ਅਤੇ ਪਿੰਡ। ਮੇਰਾ ਨਾਮ ਹੈ ਜੀ ਅਰਸ਼ਦੀਪ ਸਿੰਘ, ਅਸੀਂ ਹੈਗੇ ਕਰਤਾਰਪੁਰ ਜਲੰਧਰ ਲਾਗੇ ਕਰਤਾਰਪੁਰ ਏਰੀਆ। ਅਤੇ ਤੁਹਾਨੂੰ ਆਪਣਾ ਕੰਮ ਕਿੱਦਾਂ ਲੱਗਿਆ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਅਸੀਂ 6 ਮਹੀਨੇ ਪਹਿਲਾਂ 2 ਟਰੈਕਟਰ ਲੈਂਦੇ ਸੀ 580। ਅੱਛਾ, ਉਦੋਂ ਵੀ ਇਕੱਠੇ 2 ਵੇਟ ਲੈ ਕੇ ਗਏ ਸੀ, ਅਤੇ ਹੁਣ ਵੀ ਨਵੇਂ 2 ਲੈ ਕੇ ਆਏ ਅਸੀਂ ਟਰੈਕਟਰ। ਟਰੈਕਟਰ ਵੀ ਬਹੁਤ ਵਧੀਆ, ਜਿਹੜੇ ਵੇਟ ਆ ਸਾਡੇ ਲਾਗੇ ਸਾਗੇ ਨਾ ਦੁਆਬੇ ਏਰੀਆ ਦੇ ਵਿੱਚ, ਅਤੇ ਬਣਾਉਂਦਾ ਨਹੀਂ ਨਾ ਫਿਟਿੰਗ ਆਉਂਦੀ ਆ, ਇਸ ਕਰਕੇ ਸਪੈਸ਼ਲ ਸਾਨੂੰ ਤੁਹਾਡੇ ਕੋਲ ਹੀ ਆਉਣਾ ਪੈਂਦਾ। ਅਤੇ ਵੇਟ ਸਾਰੇ ਪਹਿਲਾਂ ਤੁਸੀਂ ਲੈ ਕੇ ਗਏ, ਕੋਈ ਕੰਪਲੇਂਟ ਵੇਟਾਂ 'ਚ ਕੋਈ ਦਿੱਕਤ? ਜਿੱਥੇ ਆਪਾਂ ਟਰੈਕਟਰ ਖਿਲਾਰਦੇ ਹਾਂ ਉੱਥੇ ਮਤਲਬ ਸਾਰੇ ਪੁੱਛਦੇ ਆ ਕਿ ਇਹ ਕਿੱਥੋਂ ਬਣੇ ਆ, ਵੇਟ ਕੀ ਚੀਜ਼ ਆ,
ਤੇ ਵੇਟ ਸਾਰੇ ਆਪਾਂ ਲੋਹੇ ਦੇ ਵਿੱਚ ਲਾਉਂਦੇ ਹਾਂ। ਕੰਮ ਫੁੱਲ ਵਧੀਆ ਲੱਗਿਆ ਤੁਹਾਨੂੰ, ਖੁਸ਼ ਹੋ ਤੁਸੀਂ ਪੂਰੇ? ਭਾਜੀ ਵਧੀਆ ਲੱਗਿਆ ਤਾਂ ਕਰਕੇ ਦੁਬਾਰਾ ਆਏ ਆਪਾਂ। ਠੀਕ ਹੈ, ਬਹੁਤ ਵਧੀਆ ਚੀਜ਼ ਹੈ। ਥੈਂਕ ਯੂ ਜੀ। ਓਕੇ ਜੀ, ਓਕੇ, ਬਹੁਤ ਵਧੀਆ ਜੀ। ਐਕੂਰੇਟ ਫਿਟਿੰਗ ਆਉਂਦੀ ਭਾਜੀ, ਕੋਈ ਫਿਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜੀ। ਠੀਕ ਹੈ ਜੀ, ਬਿਲਕੁਲ ਆਪ ਹੀ ਬੰਦਾ ਫਿੱਟ ਕਰ ਸਕਦਾ ਯਾਰ। ਓਕੇ। ਬਾਕੀ ਬਾਈ ਹੋਣੀ ਚਲੇ ਗਏ ਸੀ ਬਾਈ ਵੇਟ ਲੈ ਕੇ, ਅਤੇ ਬਾਈ ਹੋਣੀ ਦਾ ਰਿਵਿਊ ਦੇਖ ਲਿਆ। ਬਾਈ ਹੋਣੀ ਪੂਰੇ ਖੁਸ਼ ਸੀਗੇ, ਪਹਿਲਾਂ ਹੀ ਬਾਈ ਹੋਣੀ ਆਪਣੇ ਕੋਲ ਪਹੁੰਚੇ ਸੀ ਕੰਮ ਕਰਾਉਣ ਲਈ, ਅਤੇ ਬਾਈ ਹੋਣੀ ਪੂਰੇ ਖੁਸ਼ ਹੋ ਕੇ ਗਏ ਨੇ। ਅਤੇ ਬਾਕੀ ਬਾਈ ਹੁਣ ਆਪਣੇ ਕੋਲ ਇੱਕ ਜੌਂਡੀਅਰ ਟਰੈਕਟਰ ਪਹੁੰਚਿਆ ਆ। ਇਹ ਮਿੰਨੀ ਜੌਂਡੀਅਰ ਕਹਿ ਸਕਦੇ ਤੁਸੀਂ ਇਹਨੂੰ, ਜਿਵੇਂ ਕਿ ਥੋੜ੍ਹੇ ਮੋਟੇ ਕੰਮ ਕਰਨ ਨੂੰ। ਇਹਦੇ ਵਿੱਚ ਬਾਈ ਜਿਵੇਂ ਕਿ ਸਾਰੇ ਫੰਕਸ਼ਨ ਨੇ, ਇਹਨੂੰ ਆਪਾਂ ਮੋਡੀਫਿਕੇਸ਼ਨ ਕਰਨਾ ਬਾਈ। ਇਹ ਜਿਵੇਂ ਪਹਿਲਾ ਟਰੈਕਟਰ, ਛੋਟਾ ਟਰੈਕਟਰ ਕਹਿ ਲਓ ਤੁਸੀਂ ਇੱਕ ਤਰ੍ਹਾਂ ਦਾ, ਮਤਲਬ ਇਹਦੇ ਵਿੱਚ ਮੋਡੀਫਿਕੇਸ਼ਨ ਕਰਨੀ ਆ। ਜਿਵੇਂ ਕਿ ਇਹਦੇ ਫਰੰਟ ਦੇ ਵਿੱਚ ਲਾਉਣੇ ਆ ਫਰੰਟ ਵੇਟ, ਅਤੇ ਇਹਦੇ ਬੈਕ ਸਾਈਡ ਲਾਉਣੇ ਆ ਵੀ ਫਾਈਬਰਹੁੱਡ। ਇਹਦੇ ਉੱਤੇ ਫਰੰਟ ਵੇਟ ਲਾਵਾਂਗੇ ਬਾਈ ਨਵੇਂ ਡਿਜ਼ਾਈਨ ਦੇ ਵਿੱਚ। ਅਤੇ ਬਾਕੀ ਸਿੰਪਲ ਟਰੈਕਟਰ ਹੀ ਲੁੱਕ ਚੈੱਕ ਕਰ ਲਓ, ਕੁਛ ਇੱਦਾਂ ਦੀ ਆ ਬਾਈ। ਜਦ ਇਹਨੂੰ ਮੋਡੀਫਿਕੇਸ਼ਨ ਕਰ ਦੇਣਾ ਜਾਂ ਤੁਸੀਂ ਲੁੱਕ ਚੈੱਕ ਕਰਿਓ ਇਹਦੀ। ਅਤੇ ਬਾਕੀ ਇਹ ਤੁਹਾਨੂੰ ਸਾਰੀ ਮੋਡੀਫਿਕੇਸ਼ਨ ਲਈ ਤਾਂ ਸਪੈਸ਼ਲ ਵਲੋਗ ਬਣਾਵਾਂਗੇ ਬਾਈ ਆਪਾਂ। ਤੁਹਾਨੂੰ ਵਲੋਗ ਜਲਦੀ ਜਲਦੀ ਅਪਲੋਡ ਦੇਖਣ ਨੂੰ ਮਿਲੂਗਾ, ਵਲੋਗ ਕਰਾਂਗੇ ਆਪਾਂ ਯੂਟਿਊਬ 'ਤੇ। ਅਤੇ ਬਾਕੀ ਇਹਦਾ ਅਪਡੇਟ ਬਾਈ ਤੁਹਾਨੂੰ ਇੰਸਟਾਗ੍ਰਾਮ 'ਤੇ ਮਿਲ ਜੂਗਾ, ਤਾਂ ਇੰਸਟਾਗ੍ਰਾਮ 'ਤੇ ਵੀ ਆਪਾਂ ਨੂੰ ਫੋਲੋ ਕਰ ਲਿਓ। ਅਤੇ ਦੱਸ ਦਾਂ ਕਦ ਤੱਕ ਵੀਡੀਓ ਤਿਆਰ ਹੋਊ ਇਹਦੀ ਵਲੋਗ, ਜਦ ਤੱਕ ਰੈਡੀ ਹੋਊਗਾ ਟਰੈਕਟਰ, ਮਤਲਬ ਜ਼ਿਆਦਾ ਅਪਲੋਡ ਕਰ ਦਾਂਗੇ। ਬਾਕੀ ਬਾਈ ਲੁੱਕ ਟਰੈਕਟਰ ਤੁਸੀਂ ਚੈੱਕ ਕਰ ਲਓ, ਕੁਛ ਇੱਦਾਂ ਦੀ ਆ। ਫੋਰ ਵੀਲ ਡਰਾਈਵ ਦੇ ਵਿੱਚ ਇਹ ਵੀ ਟਰੈਕਟਰ ਆ ਬਾਈ। ਅਤੇ ਗੇਅਰ ਜਿਵੇਂ ਕਿ ਫਰੰਟ 'ਤੇ ਲੈਫਟ ਹੋ ਰਹੀ ਆ ਇਹਦਾ ਏ ਬੀ ਆ, ਅਤੇ ਬਾਕੀ ਚਾਰ ਗੇਅਰ ਨੇ ਇਹਦੇ। ਅਤੇ ਮਤਲਬ ਕਿ ਬਿਲਕੁਲ ਕੰਫਰਟੇਬਲ ਜਿਹਾ ਟਰੈਕਟਰ ਆ ਯਾਰ, ਛੋਟਾ ਕੰਮ ਕਰਨ ਲਈ ਬਿਲਕੁਲ ਈਜ਼ੀ ਆ। ਇੰਡੀਕੇਟਰਾਂ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਜ਼ਿਆਦਾ ਪਿਆਰੀ ਇੰਡੀਕੇਟਰਾਂ ਦੀ ਲੁੱਕ ਦਿੱਤੀ ਹੋਈ ਹੈ ਕੰਪਨੀ ਨੇ। ਅਤੇ ਬਾਕੀ ਕਰੋ ਚੈੱਕ। ਅਤੇ ਇੱਧਰੋਂ ਵੀ ਬਾਈ, ਮਤਲਬ ਕਿ ਇਹ ਟਰੈਕਟਰ ਬਾਈ ਆਪਣੇ ਕੋਲ ਜਦ ਬਾਈ ਉਹਨੇ ਕਢਾਇਆ, ਅਤੇ ਜਦ ਆਪਣੇ ਕੋਲ ਪਹੁੰਚ ਗਿਆ ਸੀ ਟਰੈਕਟਰ ਇਹ, ਮਤਲਬ ਕਿ ਜਮੇ ਹੀ ਬ੍ਰਾਂਡ ਨਿਊ ਟਰੈਕਟਰ ਆ ਇਹ। ਅਤੇ ਮੇਰੇ ਖਿਆਲ ਨਾਲ ਤਾਂ ਬਾਈ ਇਹਨੂੰ ਆਪੇ ਹੀ ਮੋਡੀਫਿਕੇਸ਼ਨ ਕਰਾਂਗੇ, ਪਹਿਲੀ ਵਾਰ ਫਰੰਟ ਵੇਟਾਂ ਦੀ ਅਤੇ ਬੈਕ ਸਾਈਡ ਫਾਈਬਰ ਹੁੱਡ ਦੀ, ਬਿਲਕੁਲ ਨਵਾਂ ਲੈ ਕੇ ਆਵਾਂ ਕੁਛ ਬਾਈ। ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਬਾਕੀ ਬਾਈ 10,000 ਸਬਸਕ੍ਰਾਈਬਰ ਦੇ ਬਹੁਤ ਜਣਿਆਂ ਦਾ ਸਬਸਕ੍ਰਾਈਬ ਕਰ ਦਿਓ। ਅਤੇ ਜਿਹੜੇ ਇਹਦੇ ਵੇਟ ਲਾਵਾਂਗੇ ਬਾਈ, ਉਹ ਆਪਾਂ ਲੋਹੇ ਦੇ ਵਿੱਚ ਲਾਵਾਂਗੇ ਸਪੈਸ਼ਲੀ। ਜਿਹੜੇ ਇਹਦੇ ਵੇਟ ਲਾਉਣੇ ਨੇ ਉਹ ਲੋਹੇ ਦੇ ਵਿੱਚ ਲਾਵਾਂਗੇ, ਦੇਗੀ ਵੇਟ ਨਹੀਂ ਲਾਉਂਦੇ, ਵੇਟ ਲੋਹੇ ਦੇ ਵਿੱਚ ਲਾਵਾਂਗੇ, ਨਵੇਂ ਡਿਜ਼ਾਈਨ ਦੇ ਵਿੱਚ ਲਾਵਾਂਗੇ। ਤਾਂ ਬਾਈ ਜ਼ਰੂਰ ਵੀਡੀਓ ਚੈੱਕਆਊਟ ਕਰਿਓ ਇਹਦੀ, ਜਲਦੀ ਤੋਂ ਜਲਦੀ ਆ ਰਹੀ ਆ। ਜਿਹੜੇ ਵੀ ਜੁੜੇ ਹੋਏ ਨੇ ਬਾਈ, ਜਿਹਨਾਂ ਚੈਨਲ ਸਬਸਕ੍ਰਾਈਬ ਕਰਿਆ ਉਹਨਾਂ ਦਿਲੋਂ ਥੈਂਕ ਯੂ। ਜਿਹੜੇ ਬਾਈ ਨਵੇਂ ਨੇ ਤਾਂ ਸਬਸਕ੍ਰਾਈਬ ਕਰ ਲਿਓ ਬਾਕੀ ਬਾਈ, ਅਤੇ ਬਾਕੀ ਕਰੋ ਟਰੈਕਟਰ ਦੀ ਲੁੱਕ ਚੈੱਕ। ਅਤੇ ਹੋਪ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਬਾਕੀ ਮਿਲਾਂ ਕਿਸੇ ਹੋਰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ। ਤਾਂ ਬਾਏ ਬਾਏ।